ਪੇਸ਼ ਹੈ ਜਸਬੀਰ ਭੁੱਲਰ ਦੀ ਕਹਾਣੀ ਸੁਪਨਿਆਂ ਦੀ شناخت ਉਹਦੇ ਪੈਰ ਫੌਜੀ ਫੂਟਾਂ ਦੇ ਪੱਛੇ ਹੋਏ ਵੀ ਸਨ ਤੇ ਥੱਕੇ ਹੋਏ ਵੀ ਪਰ ਘਰ ਲਈ ਉਹ ਪੈਰ ਫੇਰ ਵੀ ਬੇਸਬਰੇ ਸਨ ਡੁੱਬ ਰਹੇ ਸੂਰਜ ਦੇ ਨੇੜੇ ਝੋਸਿਆ ਜਿਹਾ ਕਰ ਉਸ ਪਲ ਚੁੱਪ ਗੜੁਪ ਤੇ ਉਦਾਸ ਸੀ ਸ਼ਾਮ ਦੇ ਫੈਲੇ ਹੋਏ ਪਰਛਾਵਿਆਂ ਵਿੱਚ ਉਹਨੂੰ ਫਸਲਾਂ ਵੀ ਮੁਰਝਾਈਆਂ ਹੋਈਆਂ ਲੱਗੀਆਂ ਘਰ ਦੇ ਬਾਣੇ ਤਾਂ ਸਪਾਹੀ ਸ਼ਬੀਗ ਸਿੰਘ ਕਦੋਂ ਦਾ ਮਰ ਚੁੱਕਿਆ ਸੀ ਜੰਗ ਦੇ ਮੈਦਾਨ ਵਿੱਚੋਂ ਲੱਭਾ ਪਛਾਣ ਪੱત્રਾ ਉਹਦੇ ਮਰਨ ਦੀ ਗਵਾਹੀ ਸੀ ਜੰਗੀ ਲਿਬਾਸ ਵਿੱਚ ਤਿਆਰ ਹੋ ਕੇ ਜਦੋਂ ਲੜਾਈ ਲਈ ਤੁਰਿਆ ਸੀ ਤਾਂ ਉਹਦੇ ਕੋਲ ਦੋ ਪਛਾਣ ਪੱਤਰੇ ਸਨ ਟੀਨ ਦੇ ਉਹਨਾਂ ਗੋਲ ਟੁਕੜਿਆਂ ਉੱਤੇ ਖੁਣਿਆ ਨਾਂ ਨੰਬਰ ਉਸ ਦੀ ਪਛਾਣ ਸੀ ਉਸ ਤੋਂ ਹੇਠਾਂ ਉੱਕਰਿਆ ਹੋਇਆ ਸੈਨਿਕ ਦਾ ਧਰਮ ਮਾਰਨ ਪਿੱਛੋਂ ਉਹਨੂੰ ਦੱਬਣ ਜਾਂ ਸਾੜਨ ਦੇ ਫੈਸਲੇ ਨੂੰ ਸੁਖਾਲਾ ਕਰ ਦਿੰਦਾ ਸੀ ਲਹੂ ਦੇ ਗਰੁੱਪ ਦੀ ਜਾਣਕਾਰੀ ਜ਼ਖਮੀ ਸਿਪਾਹੀ ਨੂੰ ਫੌਰੀ ਖੂਨ ਦੇ ਕੇ ਬਚਾਉਣ ਵਿੱਚ ਸਹਾਈ ਹੁੰਦੀ ਸੀ ਉਸ ਰਾਤ ਦੇ ਹੱਲੇ ਵੇਲੇ ਵੀ ਮਜ਼ਬੂਤ ਧਾਗੇ ਵਿੱਚ ਪੁਰੋਚਾ ਇੱਕ ਪਛਾਣ ਪੱત્રਾ ਉਹਦੇ ਗਲ ਲਟਕ ਰਿਹਾ ਸੀ ਤੇ ਦੂਜਾ ਗੁੱਟ ਉੱਤੇ ਬੱਝਾ ਹੋਇਆ ਸੀ ਪਰ ਲੋਹੇ ਦਾ ਪਛਾਣ ਪੱત્રਾ ਉਹਦੀ ਢਾਲ ਨਹੀਂ ਸੀ ਇੱਕ ਗੋਲੀ ਗੁੱਟ ਦੇ ਪਛਾਣ ਪੱਥਰੇ ਨੇੜਿਓਂ ਬਾਹਾਂ ਦੀ ਹੱਡੀ ਨੂੰ ਖਖੜੀਆਂ ਕਰ ਗਈ ਸੀ ਉਹਨੇ ਆਪਣੀ ਰਾਈਫਲ ਉੱਥੇ ਹੀ ਰੱਖ ਦਿੱਤੀ ਤੇ ਸੱਜੇ ਹੱਥ ਦੇ ਆਸਰੇ ਨਾਲ ਬਾਹ ਨੂੰ ਚੁੱਕਣ ਦਾ ਯਤਨ ਕੀਤਾ ਉਹਦਾ ਹੱਥ ਜ਼ਖਮ ਚੋਂ ਵਗਦੇ ਖੂਨ ਨਾਲ ਭਿੱਜ ਗਿਆ ਉਹਨੇ ਬਲੇਟਣੀ ਲੈ ਕੇ ਇੱਕ ਟੋਏ ਦਾ ਆਸਰਾ ਲੈ ਲਿਆ ਗੋਲੀਆਂ ਰਾਤ ਦੀ ਕਾਲਖ ਵਿੱਚ ਲਿੱਕਾਂ ਪਾਉਂਦੀਆਂ ਰਹੀਆਂ ਜੰਗੀ ਹਥਿਆਰਾਂ ਦੇ ਰੌਲੇ ਵਿੱਚ ਚੀਕਾਂ ਗੁੰਮ ਹੁੰਦੀਆਂ ਰਹੀਆਂ ਟੋਏ ਦੀ ਪਨਾਹ ਵਿੱਚ ਪਏ ਦੀ ਜਿੰਦ ਹੌਲੀ-ਹੌਲੀ ਨੁੱਚੜ ਰਹੀ ਸੀ ਉਹਨੇ ਪੇਟੀ ਖੋਲੀ ਪਿੱਠੂ ਉਤਾਰਿਆ ਤੇ ਪਾਣੀ ਵਾਲੀ ਬੋਤਲ 'ਚੋਂ ਰੰਮਦੀਆਂ ਦੋ ਲੰਮੀਆਂ ਘੁੱਟਾਂ ਭਰੀਆਂ ਮਾਰੂ ਥਲ ਦੀ ਰਾਤੇ ਠਰੇ ਹੋਏ ਜਿਸਮ ਨੇ ਕੁਝ ਨਿਗ ਮਹਿਸੂਸ ਕੀਤਾ ਇਹੋ ਜੇ ਵੇਲੇ ਲਈ ਹੀ ਉਹਨੇ ਬੋਤਲ ਵਿੱਚ ਪਾਣੀ ਥਾ ਰਮ ਭਰੀ ਸੀ ਉਹਨੂੰ ਪਤਾ ਸੀ ਪਾਣੀ ਤਾਂ ਉਹ ਕਿਸੇ ਵੀ ਮਰਦੇ ਦੀ ਬੋਤਲ ਚੋਂ ਪੀ ਸਕਦਾ ਸੀ ਗੁੱਟ ਉੱਤੇ ਵੱੱਜਾ ਪਛਾਣ ਪੱਤਰਾ ਜ਼ਖਮ ਵਿੱਚ ਚੁਬੜਿਆ ਸੀ ਉਹਨੇ ਦੰਦਾ ਨਾਲ ਧਾਗੇ ਦੀ ਗੰਢ ਖੋਲ ਕੇ ਪਛਾਣ ਪੱਤਰਾ ਉਤਾਰ ਦਿੱਤਾ ਰੰਮ ਨਾਲ ਜ਼ਖਮ ਧੋ ਕੇ ਉਹਨੇ ਪਿੱਠੂ ਚੋਂ ਰੂਹ ਤੇ ਪੱਟੀ ਕੱਢੀ ਤੇ ਜ਼ਖਮ ਨੂੰ ਕੱਸ ਕੇ ਬੰਨ੍ਹ ਦਿੱਤਾ ਕਿਸੇ ਮੁਰਦੇ ਦੇ ਜੰਗਲ ਬੂਟ ਦਾ ਇੱਕ ਪੈਰ ਅਰਕ ਹੇਠ ਰੱਖ ਕੇ ਇੱਕ ਹੋਰ ਪੱਟੀ ਬਲੇਟ ਦਿੱਤੀ ਰਾਈਫਲ ਦੀ ਸੀਲਿੰਗ ਦਾ ਹਾਰ ਬਣਾ ਕੇ ਉਸ ਗਲ ਪਾ ਲਿਆ ਤੇ ਸੀਲਿੰਗ ਦੇ ਆਸਰੇ ਬਾਹ ਦਾ ਭਾਰ ਚੁੱਕ ਲਿਆ ਇੰਨੇ ਤਰਦਦ ਨੇ ਉਹਨੂੰ ਥਕਾ ਦਿੱਤਾ ਸੀ ਉਹਨੇ ਰੰਮ ਦਾ ਇੱਕ ਹੋਰ ਘੁੱਟ ਭਰਿਆ ਤੇ ਇੱਕ ਸੀਸ ਵੱਟ ਕੇ ਅੱਖਾਂ ਮੀਟ ਲਈਆਂ ਲੜਾਈ ਤੋਂ ਪਿੱਛੋਂ ਉਹਨਾਂ ਦੀਆਂ ਲਾਸ਼ਾਂ ਨੂੰ ਮਨੁੱਖ ਹੋਣ ਦਾ ਸਨਮਾਨ ਮਿਲਣਾ ਚਾਹੀਦਾ ਸੀ ਇਹ ਗੱਲ ਉਹਨਾਂ ਦੇ ਕਮਾਂਡ ਅਫਸਰ ਨੇ ਸੋਚੀ ਸੀ ਲਾਸ਼ਾਂ ਨੂੰ ਦਫਨਾਉਣ ਲਈ ਭੇਜੀ ਹੋਈ ਟੁਕੜੀ ਦੇ ਜਵਾਨ ਪਹਿਲੋਂ ਮਰਿਆਂ ਦੀ ਗਿਣਤੀ ਕਰਦੇ ਰਹੇ ਸਨ ਤੇ ਫੇਰ ਥੱਕ ਗਏ ਸਨ ਉਹਨਾਂ ਪਛਾਣ ਪੱਤਰੇ ਉਤਾਰ-ਉਤਾਰ ਲਾਸ਼ਾਂ ਨੂੰ ਇੱਕ ਟੋਏ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਸੀ ਅਚਨ-ਚੇਤੀ ਦੁਸ਼ਮਣ ਦੇ ਤੋਪਖਾਨੇ ਦੀ ਗੋਲਾਬਾਰੀ ਹੋਣ ਲੱਗ ਪਈ ਦੁਸ਼ਮਣ ਦਾ ਤੋਪਖਾਨਾ ਭਾਵੇਂ ਉੱਥੋਂ 25-30 ਕਿਲੋਮੀਟਰ ਦੂਰ ਸੀ ਪਰ ਉਹਦੀ ਭੇਜੀ ਹੋਈ ਮੌਤ ਦੂਰ ਨਹੀਂ ਸੀ ਕੰਮ ਅਧੂਰਾ ਛੱਡ ਕੇ ਉਹਨਾਂ ਨੂੰ ਉੱਥੋਂ ਨਸਣਾ ਪਿਆ ਸੀ ਉਸ ਦਿਨ ਉਹਨਾਂ ਦੀ ਪਲਟਨ ਕੋਲ ਬਹੁਤ ਸਾਰੇ ਪਛਾਣ ਪੱਤਰ ਇਕੱਠੇ ਹੋ ਗਏ ਸਨ ਉਹਨਾਂ ਵਿੱਚੋਂ ਇੱਕ ਪਛਾਣ ਪੱਤਰਾ ਸਿਪਾਹੀ ਸ਼ਬੀਗ ਸਿੰਘ ਦਾ ਵੀ ਸੀ ਕਲਰਕਾਂ ਨੇ ਲੋਹੇ ਦੇ ਪੱਤਰਿਆਂ ਤੋਂ ਪਲਟਨ ਦੇ ਸ਼ਹੀਦਾਂ ਦੇ ਨੰਬਰ ਨਾਂ ਪੜੇ ਤੇ ਪਹਿਲਾਂ ਤਿਆਰ ਕੀਤੀਆਂ ਹੋਈਆਂ ਚਿੱਠੀਆਂ ਦੇ ਖਾਲੀ ਰੱਖੇ ਥਾਵਾਂ ਵਿੱਚ ਭਰ ਦਿੱਤੀਆਂ ਉਹ ਸ਼ਾਮ ਚਿੱਠੀਆਂ ਕੀਰਨਿਆਂ ਦਾ ਸੁਰਾਗ ਲੈ ਕੇ ਘੁੱਗਵਸ ਦੇ ਘਰਾਂ ਨੂੰ ਸਨ ਲਾਉਣ ਤੁਰ ਪਈਆਂ ਸਨ ਇਹ ਸਾਰੀ ਘਟਨਾ ਇੱਕ ਪੁਰਾਣੇ ਸਾਥੀ ਨੇ ਦੱਸੀ ਸੀ ਜੋ ਪਿਛਲੇ ਦਿਨੀ ਸਪਾਹੀ ਸ਼ਵੇਗ ਸਿੰਘ ਨੂੰ ਰਜਮੈਂਟਲ ਸੈਂਟਰ ਵਿੱਚ ਮਿਲਿਆ ਸੀ ਫੌਜ ਨੇ ਜਦੋਂ ਉਹਦਾ ਸਮਾਨ ਘਰ ਭੇਜਿਆ ਸੀ ਤਾਂ ਜੰਗ ਦੇ ਮੈਦਾਨ ਚੋਂ ਲੱਭਾ ਪਛਾਣ ਪੱਤਰਾ ਉਸ ਸਮਾਨ ਦਾ ਹਿੱਸਾ ਹੋ ਗਿਆ ਸੀ ਦੂਸਰਾ ਪਛਾਣ ਪੱਤਰਾ ਹਾਲੇ ਤੱਕ ਉਹਦੇ ਕੋਲ ਸੀ ਬੰਦੇ ਬੂਹੇ ਨੂੰ ਸਪਾਹੀ ਸ਼ਵੇਗ ਸਿੰਘ ਦੀ ਉਡੀਕ ਨਹੀਂ ਸੀ। ਉਹਨੂੰ ਵੇਖ ਕੇ ਪਹਿਲੋਂ ਸਾਰੇ ਹੈਰਾਨ ਹੋਏ ਸਨ। ਫੇਰ ਖੁਸ਼ ਹੋਏ ਸਨ। ਹੱਸੇ ਸਨ। ਤੇ ਕੁਝ ਛਣ ਪਿੱਛੋਂ ਪਰੇਸ਼ਾਨ ਹੋ ਗਏ ਸਨ। ਉਹਨਾਂ ਦੇ ਚਿਹਰਿਆਂ ਉੱਤੇ ਤਣਾਅ ਤੇ ਚਿੰਤਾ ਦਿਸਣ ਲੱਗ ਪਈ ਸੀ। ਨਿੰਦੀ ਸੰਤੋੜ ਉਹਦੇ ਵੱਲ ਨੱਸੀ ਸੀ ਤੇ ਫੇਰ ਝੁੱਕ ਕੇ ਖਲੋ ਗਈ ਸੀ। ਉਸ ਵੇਲੇ ਦੋਹਾਂ ਦੇ ਵਿਚਕਾਰ ਬਸ ਥੋੜੀ ਜਹੀ ਬੈਠੀ ਬੱਕਦੀ ਰਹੀ ਸੀ ਸ਼ਵੇਗ ਸਿੰਘ ਨੇ ਕਿੱਟ ਬੈਗ ਮੋਢੇ ਤੋਂ ਲਾ ਕੇ heਠਾ ਰੱਖ ਦਿੱਤਾ ਤੇ ਲੰਮੀਆਂ ਲੰਮੀਆਂ ਪਲਾਂਘਾਂ ਨਾਲ ਉਹ ਵਿੱਥ ਪੂੜ ਦਿੱਤੀ ਨਿੰਦੀ ਨੇ ਉਹਦੀ ਹਿੱਕ ਵਿੱਚ ਸਿਰ ਲੁਕਾ ਲਿਆ ਤੇ ਭੁੱਬੀ ਰੋਣ ਲੱਗ ਪਈ ਅਗਲੇ ਛੇਣ ਉਹ ਸੰਭਲੀ ਤੇ ਲੱਥ ਗਿਆ ਪੱਲਾ ਸਿਰ ਉੱਤੇ ਲੰਮਾ ਖਿੱਚ ਲਿਆ ਸੰਤ ਕੌਰ ਨੇ ਸ਼ਵੇਗ ਸਿੰਘ ਦਾ ਸਿਰ ਪਲੋਸ ਕੇ ਮੱਥਾ ਚੁੰਮਿਆ ਤੇ ਮਨ ਭਰ ਲਿਆ ਗੁਰਦੀਪ ਨੇ ਵੱਡੇ ਭਰਾ ਦੀ ਗਲਵਕੜੀ ਵਿੱਚ ਹੌਕੇ ਵਰਗਾ ਸਾਹ ਭਰਿਆ ਭਾਊ ਤੂੰ ਪਹਿਲਾਂ ਕਿਉਂ ਨਹੀਂ ਆਇਆ ਸੂਬੇਦਾਰ ਜਵਾਲਾ ਸਿੰਘ ਨੇ ਸਿਪਾਹੀ ਸ਼ਵੇਗ ਸਿੰਘ ਦੀ ਟੱਠ ਥਾਪੜੀ ਹੌਸਲਾ ਰੱਖ ਸਭ ਠੀਕ ਹੋ ਜੂ ਸਿਪਾਹੀ ਸ਼ਵੇਗ ਸਿੰਘ ਦੀ ਆਮਤ ਦੇ ਚਾ ਨੂੰ ਸਿਉਂਕ ਪਈ ਹੋਈ ਸੀ ਉਹ ਸੋਚਿਆ ਕੱਟੀ ਹੋਈ ਬਾਹ ਵੇਖ ਕੇ ਉਹ ਮਰਝਾ ਆ ਗਏ ਸਨ ਉਹਨੇ ਸੱਜੇ ਹੱਥ ਨਾਲ ਕੱਟੀ ਹੋਈ ਬਾਹ ਨੂੰ ਥਾਪੜਿਆ ਤੇ ਲੰਮਾ ਸਾਹ ਭਰਦਿਆਂ ਹੱਸਣ ਦੀ ਕੋਸ਼ਿਸ਼ ਕੀਤੀ ਲੜਾਈ ਨੇ ਕੋਈ ਨਾ ਕੋਈ ਨਿਸ਼ਾਨੀ ਤਾਂ ਦੇਣੀ ਹੁੰਦੀ ਐ ਮੰਜੇ ਕੁਰਸੀਆਂ ਢਾਕੇ ਉਹ ਵਿਹੜੇ ਵਿੱਚ ਚੌਂਕੇ ਨੇੜੇ ਬੈਠ ਗਏ ਗੁਰਦੀਪ ਕੁਝ ਉਖੜਿਆ-ਉਖੜਿਆ ਬੋਲਿਆ ਪਾਉ ਸਾਨੂੰ ਤੇਰੇ ਮਰਨ ਦੀ ਖਬਰ ਪਹੁੰਚੀ ਸੀ ਅਸਾਂ ਤਾਂ ਤੇਰਾ ਭੋਗ ਵੀ ਪਾ ਦਿੱਤਾ ਸੀ ਤੇ ਤੂੰ ਇੰਨੇ ਵਰਿਆਂ ਪਿੱਛੋਂ ਹੁਣ ਆਈਂ ਜਦੋਂ ਗੁਰਦੀਪ ਦੀ ਅਧੂਰੀ ਛੱਡੀ ਗੱਲ ਉਸ ਪਲ ਅਧੂਰੀ ਹੀ ਰਹਿ ਗਈ ਸਿਪਾਹੀ ਸ਼ਵੇਗ ਸਿੰਘ ਨੇ ਹੱਸਦਿਆਂ ਆਖਿਆ ਜੇ ਪਲ ਮੈਂ ਉੱਥੇ ਹੀ ਮਰ ਜਾਂਦਾ ਤਾਂ ਸੁੱਖ ਸੁੱਖਾਂ ਦੀ ਬੋਲੀ ਬੋਲ ਪੁੱਤ ਸੰਤਕੌਰ ਨੇ ਮਿੱਠਾ ਜਿਹਾ ਝਟਕਿਆ ਸ਼ੁਕਰ ਹੈ ਜੰਗ ਦੀ ਸਾੜ ਸਤੀ ਮੁੱਕੀ ਮੈਤਾਨੀ ਆ ਮੇਰੀ ਉਮਰ ਵੀ ਮੇਰੇ ਪੁੱਤ ਨੂੰ ਲੱਗੇ ਪਾਰੇ ਸਭ ਹੋਇਆ ਕਿ ਤਰ੍ਹਾਂ ਸੂਬੇਦਾਰ ਜਵਾਲਾ ਸਿੰਘ ਨੇ ਗੱਲ ਨੂੰ ਮੋੜਾ ਦਿੰਦਿਆਂ ਸਿਪਾਹੀ ਸ਼ਵੇਗ ਸਿੰਘ ਦੀ ਕੱਟੀ ਹੋਈ ਬਾਹਵਲ ਇਸ਼ਾਰਾ ਕੀਤਾ। ਨਿੰਦੀ ਨੇ ਛਿਟੀਆਂ ਦੀ ਅੱਗ ਬਾਲੀ ਤੇ ਪਤੀਲੇ ਵਿੱਚ ਪਾਣੀ ਪਾ ਕੇ ਚੁੱਲ੍ਹੇ ਉੱਤੇ ਰੱਖ ਦਿੱਤਾ। ਕੁਝ ਧੇਰ ਬਾਅਦ ਪਾਣੀ ਉਬਲਣ ਲੱਗ ਪਿਆ। ਸਿਪਾਹੀ ਸ਼ਵੇਗ ਸਿੰਘ ਨੇ ਚੁੱਲ੍ਹੇ ਦੀ ਅੱਗ ਤੋਂ ਨਜ਼ਰ ਪਰਾਂ ਫੇਰੀ ਤੇ ਵਿੜੇ ਵਿੱਚ ਫੈਲ ਰਹੇ ਹਨੇਰੇ ਵੱਲ ਵੇਖਣ ਲੱਗ ਪਿਆ। ਉਸ ਰਾਤ ਹਨੇਰਾ ਉਹਦੀਆਂ ਅੱਖਾਂ ਵਿੱਚ ਵੀ ਉੱਤਰ ਆਇਆ ਸੀ। ਜੰਗ ਦੇ ਰੌਲੇ ਤੋਂ ਬੇਖਬਰ ਉਹ ਬੇਹੋਸ਼ ਪਿਆ ਰਿਹਾ ਸੀ। ਪੌ ਫਟਾਲੇ ਵੇਲੇ ਮੋਹੈ ਸੈਨਕਾ ਨੂੰ ਵੇਖੀ। ਕਾਵਾ ਨੇ ਕਾਂ ਕਾਂ ਕੀਤੀ ਤਾਂ ਉਹਦੀ ਅੱਖ ਉਗੜੀ। ਉਹਦਾ ਸਰੀਰ ਬੇਪਨਾਹ ਦਰਦ ਨੇ ਮੱਲਿਆ ਹੋਇਆ ਸੀ। ਉੱਥੇ ਕਾਵਾ ਦੀ ਗਿਣਤੀ ਵਧ ਰਹੀ ਸੀ ਤੇ ਹੁਣ ਗਿਰਜਾਂ ਵੀ ਪਹੁੰਚਣ ਵਾਲੀਆਂ ਸਨ। ਆਪਣੇ ਪਰਾਇਆਂ ਦਾ ਇੱਕ ਲੋ ਕਟਿਆ ਜਾ ਚੁੱਕਿਆ ਸੀ। ਉਹ ਕੱਟੀ ਹੋਈ ਫਸਲ ਦੇ ਵਿਚਕਾਰ ਪਿਆ ਸੀ ਨਾ ਉੱਥੇ ਦੁਸ਼ਮਣ ਦਾ ਸੁਰਾਗ ਸੀ ਤੇ ਨਾ ਆਪਣਿਆਂ ਦੀ ਸੋ ਉਹ ਕਦੋਂ ਦੇ ਜਾ ਚੁੱਕੇ ਸਨ ਦਿਨ ਆਪਣੀ ਸੀਤ ਵਿੱਚੋਂ ਬਾਹਰ ਆ ਰਿਹਾ ਸੀ ਹੌਲੀ ਹੌਲੀ ਦਿਨ ਨੇ ਤਪਣਾ ਸੀ ਤੇ ਫੇਰ ਮਿਰਗਜਲ ਹੋ ਜਾਣਾ ਸੀ ਉੱਥੋਂ ਜਾਣ ਦੀ ਤਿਆਰੀ ਵਿੱਚ ਉਹਨੇ ਨੇੜੇ ਵਾਲੇ ਮੁਰਦੇ ਕੋਲੋਂ ਰੋਟੀ ਲੈ ਕੇ ਖਾ ਇੱਕ ਹੋਰ ਦੀ ਵਾਟਰ ਬੋਤਲ 'ਚ ਪਾਣੀ ਪੀਤਾ ਕਿਸੇ ਹੋਰ ਦੀ ਪਾਣੀ ਵਾਲੀ ਬੋਤਲ ਪੇਟੀ ਨਾਲ ਬੰਨ ਲਈ ਉਨੇ ਦੂਰ ਕਿਤੇ ਗੋਲੀਆਂ ਚੱਲਣ ਦੀਆਂ ਮੱਧਮ ਜਿਹੀਆਂ ਆਵਾਜ਼ਾਂ ਸੁਣੀਆਂ। ਉਹਨੇ ਉੱਥੋਂ ਇੱਕ ਰਾਈਫਲ ਚੁੱਕੀ ਤੇ ਆਵਾਜ਼ਾਂ ਦੇ ਭਲੇਖੇ ਦੀ ਦਿਸ਼ਾ ਵੱਲ ਤੁਰ ਪਿਆ। ਮਿਰਗਜਲ ਦੀ ਝੀਲ ਦੇ ਸਫਰ ਵਿੱਚ ਉਹਦੀ ਪਿਆਸ ਤਿੱਖੀ ਹੋ ਗਈ। ਉਹਦੇ ਬੁੱਲਾਂ ਉੱਤੇ ਪੇਪੜੀ ਜੰਮ ਗਈ। ਉਹ ਖਲੋ ਗਿਆ। ਉਹਦੇ ਪਿੱਛੇ ਲੜਖੜਾਉਂਦੇ ਹੋਏ ਪੈਰਾਂ ਦੇ ਨਿਸ਼ਾਨ ਸਨ ਤੇ ਸਾਹਮਣੇ ਰੇਤ ਦਾ ਅੰਤਹੀਣ ਫਲਾ। ਉਹਦੇ ਜ਼ਖਮ ਵਿੱਚੋਂ ਬਹੁਤ ਸਾਰੀ ਲਤ ਨਿਚੜ ਚੁੱਕੀ ਸੀ। ਉਹਦੀ ਬਾਹਾਂ ਸੁੱਜ ਗਈ ਸੀ ਉਹਦੀਆਂ ਨਜ਼ਰਾਂ ਸਾਹਮਣੇ ਧਰਤੀ ਕੰਬ ਰਹੀ ਸੀ ਪਰ ਜ਼ਖਮ ਦੀ ਪੀੜ ਨਾਲੋਂ ਉਹਨੂੰ ਰੇਤ ਥਲ ਦਾ ਖੌਫ ਜ਼ਿਆਦਾ ਸੀ ਇਹ ਵੀ ਗਨੀਮਤੀ ਸੀ ਕਿ ਉਹਦੀਆਂ ਲੱਤਾਂ ਨੇ ਹਾਲੇ ਤੱਕ ਉਹਦੇ ਸਰੀਰ ਦਾ ਬੋਹ ਚੁੱਕਿਆ ਹੋਇਆ ਸੀ ਉਹਨੇ ਬਕਲੇ ਹੋਏ ਪਾਣੀ ਦਾ ਘੁੱਟ ਭਰਿਆ ਤੇ ਤੁਰ ਪਿਆ ਪਰ ਸਰੀਰ ਦੀ ਤਾਕਤ ਉਹਦੇ ਹੌਸਲੇ ਦੇ ਮੇਚਦੀ ਨਹੀਂ ਸੀ ਉਹ ਠੇਡਾ ਖਾ ਕੇ ਮੂੰਹ ਪਰਨੇ ਡੱਕ ਪਿਆ ਤੇ ਫੇਰ ਉੱਥੇ ਹੀ ਮੁੱਦਾ ਪਿਆ ਹੌਂਕਣ ਲੱਗ ਪਿਆ ਉਹਨੂੰ ਜੀ ਕੱਚਾ ਕਰਨ ਵਾਲੀ ਮੁਸ਼ਕਾਈ ਉਹ ਇੱਕ ਮਾਨਵ ਖੋਪੜੀ ਉੱਤੇ ਸਿਰ ਰੱਖੀ ਹੌਂਕਰਿਆ ਸੀ ਮੋਏ ਸੈਨਿਕ ਦਾ ਬਾਕੀ ਸਰੀਰ ਵੀ ਉੱਥੇ ਹੀ ਰੇਤ ਵਿੱਚ ਦੱਬਿਆ ਪਿਆ ਸੀ ਉਹ ਕਾਲੇ ਨਾਲ ਉੱਥੋਂ ਅਗਾਹ ਸਰਕ ਗਿਆ ਨਿੰਦੀ ਨੇ ਉਹਦੀ ਆਖਰੀ ਗਲਬੱਕੜੀ ਵਿੱਚ ਡਸਕੋਰੇ ਭਰਦਿਆਂ ਆਖਿਆ ਸੀ ਤੂੰ ਮੇਰੇ ਲਈ ਜਿਉਂਦਾ ਵਾਪਸ ਆਵੀ ਉਹਨੇ ਤੱਤੇ ਪਾਣੀ ਦਾ ਆਖਰੀ ਘੁੱਟ ਵੀ ਪੀ ਲਿਆ ਤੇ ਖਾਲੀ ਬੋਤਲ ਮੋਦੀ ਕਰ ਦਿੱਤੀ ਪਾਣੀ ਦੇ ਦੋ ਤਪਕੇ ਰੇਤ ਨੇ ਜੀਰ ਲਈ ਪਾਣੀ ਦਾ ਘੁੱਟ ਤੇ ਨਿੰਦੀ ਦੇ ਬੋਲ ਉਹਦੇ ਹੌਸਲੇ ਲਈ ਠੁੰਮਣਾ ਸਨ ਠੁੰਮਣੇ ਦੇ ਆਸਰੇ ਉਹ ਉੱਠ ਕੇ ਖਲੋ ਗਿਆ ਹੁਣ ਵਾਲੀ ਲੜਾਈ ਲਈ ਨਾ ਉਹਨੂੰ ਹਥਿਆਰ ਦੀ ਲੋੜ ਸੀ ਤੇ ਨਾ ਗੋਲੀ ਸਿੱਕੇ ਦੀ ਉਹਨੇ ਪਿੱਠੂ ਲਾ ਕੇ ਸੁੱਟ ਦਿੱਤਾ ਤੇ ਰਾਈਫਲ ਆਪਣੇ ਭਾਈਚਾਰੇ ਵਾਲੇ ਦੀ ਖੋਪੜੀ ਕੋਲ ਮੋਦੀ ਘੱਟ ਦਿੱਤੀ ਸਾਵਧਾਨ ਹੋ ਕੇ ਉਹਨੇ ਬੇਨਾਮ ਸੈਨਿਕ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਭਾਰੇ ਬੋਝ ਵਰਗਾ ਪੈਰ ਅਗਾਹ ਫੁੱਟਿਆ ਮੁੜਕਾ ਚੋ ਕੇ ਉਹਦੀਆਂ ਅੱਖਾਂ ਵਿੱਚ ਪੈ ਰਿਆ ਸੀ ਉਹਨੇ ਕਮੀਜ਼ ਦੇ ਕਫ ਨਾਲ ਮੁੜਕਾ ਪੁੰਝਿਆ ਪੋਟਿਆਂ ਨਾਲ ਅੱਖਾਂ ਮਲੀਆਂ ਤੇ ਰੇਤ ਦੇ ਵਿਸ਼ਾਲ ਸਮੁੰਦਰ ਨੂੰ ਘੁੱਕਿਆ ਦੂਰ ਬਿਸਕੁਟੀ ਰੇਤ ਉੱਤੇ ਕਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੋਹੇ ਦੇ ਪੱਤਰਿਆਂ ਵਿੱਚ ਜਕੜੇ ਲੱਕੜੀ ਦੇ ਫੱਟੇ ਫੌਜੀ ਟਰੱਕਾਂ ਦੇ ਰੇਤ ਵਿੱਚ ਖੁੱਭ ਜਾਣ ਦੇ ਡਰੋਂ ਡੱਕ ਬੋਰਡ ਵਿਛਾਏ ਜਾਂਦੇ ਸਨ ਟਰੱਕ ਮੀਲਾਂ ਤੱਕ ਇਨ੍ਹਾਂ ਫੱਟਿਆਂ ਉੱਤੇ ਚੱਲਦੇ ਸਨ ਡੱਕ ਬੋਰਡਾਂ ਦੇ ਰੇਤ ਉੱਤੇ ਵਿਛੇ ਹੋਣ ਦਾ ਭਾਵ ਇਹ ਵੀ ਸੀ ਕਿ ਫੌਜੀ ਬਹੁਤੀ ਦੂਰ ਨਹੀਂ ਸਨ ਉਹ ਡੱਕ ਬੋਰਡਾਂ ਦੇ ਨਾਲ-ਨਾਲ ਤੁਰਦਾ ਰਿਹਾ ਡੱਕ ਬੋਰਡ ਅਚਨਚੇਤੀ ਖਤਮ ਹੋ ਗਈ ਉਹ ਫੇਰ ਵੀ ਤੁਰਦਾ ਰਿਹਾ ਉਦੀ ਬਾਹ ਦਾ ਦਰਦ ਇੰਤਹਾ ਨੂੰ ਪਹੁੰਚ ਚੁੱਕਿਆ ਸੀ ਪਰ ਇਹ ਸਪੀਡ ਨਾਲੋਂ ਪਿਆਸ ਵੱਡੀ ਸੀ ਜੋ ਉਸ ਨੂੰ ਤੋੜ ਰਹੀ ਸੀ ਪਰ ਪਾਣੀ ਕਿੱਥੇ ਸੀ ਉਹਨੇ ਖਿੱਚ ਕੇ ਆਪਣੀ ਪਿਆਸ ਨੂੰ ਆਖਿਆ ਉਹ ਮਰ ਜਾਵੇ ਪਰ ਪਿਆਸ ਨਹੀਂ ਸੀ ਮਰ ਰਹੀ ਉਹ ਖੁਦ ਮਰ ਰਿਹਾ ਸੀ ਉਹਦੇ ਉੱਤੇ ਬੇਹੋਸ਼ੀ ਤਾਰੀ ਹੋ ਰਹੀ ਸੀ ਉਹਨੇ ਕੁਝ ਪੈਰ ਹੋਰ ਅਗਾਹ ਪੁੱਟੇ ਤੇ ਫਿਰ ਰੇਤ ਉੱਤੇ ਢੇਰੀ ਹੋ ਗਿਆ ਭੁੱਖਾ ਗਰਜਾਂ ਨੇ ਪਤਾ ਨਹੀਂ ਕਦੋਂਕ ਦੀ ਉਹਦੀ ਉਹਦੀ ਪੈੜ ਨੱਪੀ ਹੋਈ ਸੀ ਕੁਇਟ-ਕੁਇਟ ਕਰਕੇ ਅਸਮਾਨ ਵੱਲੋਂ ਉਤਰ ਆਈਆਂ ਸਨ ਸਪਾਹੀ ਸ਼ਵੇਗ ਸਿੰਘ ਨੇ ਆਪਣੇ ਸਰੀਰ ਉੱਤੇ ਤਿੱਖੀਆਂ ਚੁੰਝਾਂ ਦੀ ਪੀੜ ਨੂੰ ਮਹਿਸੂਸ ਕੀਤਾ ਉਹਨੇ ਅੱਖਾਂ ਖੋਲ ਲਈਆਂ ਤੇ ਬਾਹ ਉਲਾਰ ਕੇ ਗਿਰਜਾਂ ਨੂੰ ਛਿਸ਼ਕਾਰਿਆ ਗਿਰਜਾਂ ਦੇ ਭਾਰੇ ਪਰਾਂ ਦੀ ਹਵਾ ਨਾਲ ਕੁਝ ਰੇਤ ਉੱਡੀ ਸਪਾਹੀ ਸ਼ਵੇਗ ਸਿੰਘ ਦੀ ਬਾਹ ਅਗਲੇ ਛਣੇ ਹੀ ਠੰਢ ਗਈ ਉਹ ਡੂੰਗੀ ਬੇਹੋਸ਼ੀ ਵਿੱਚ ਲਹਿ ਗਿਆ ਗਿਰਜਾਂ ਚਹਿਜਕ ਵਿੱਚ ਕੁਝ ਚਿਰ ਪਰਾਂ ਰਹਿੀਆਂ ਫੇਰ ਨਿਸ਼ੰਘ ਹੋ ਕੇ ਆਪਣੇ ਭੋਜਨ ਨੂੰ ਚੁੰਝਾਂ ਮਾਰਨ ਲੱਗ ਪਈਆ ਉਹ ਬਹੁਤ ਦੇਰ ਤੱਕ ਹਨੇਰੇ ਵਿੱਚ ਹੱਥ ਪੈਰ ਮਾਰਦਾ ਰਿਹਾ ਤੇ ਫੇਰ ਚੁੱਪ ਵਰਤ ਗਈ ਹਨੇਰਾ ਕੁਝ ਛਣਿਆ ਤਾਂ ਉਹਨੇ ਅੱਖਾਂ ਉਘੇੜੀਆਂ ਇੱਕ ਅਜਨਬੀ ਸੈਨਿਕ ਉਹਦੇ ਵੱਲ ਝੁਕਿਆ ਹੋਇਆ ਸੀ ਸ਼ੁਕਰ ਹੈ ਤੈਨੂੰ ਹੋਸ਼ ਆ ਗਈ ਸਪਾਹੀ ਸ਼ਬੀਗ ਸਿੰਘ ਦੁਸ਼ਮਣ ਸੈਨਿਕ ਦੀ ਸੈਨਿਕ ਹਸਪਤਾਲ ਵਿੱਚ ਪਿਆ ਹੋਇਆ ਸੀ ਉਹਦਾ ਸਰੀਰ ਗਿਰਜਾਂ ਨੇ ਥਾਂ-ਥਾਂ ਤੋਂ ਝੁੰਡ ਲਿਆ ਸੀ ਜ਼ਖਮਾਂ ਉੱਤੇ ਪੱਟੀਆਂ ਬੱਝੀਆਂ ਹੋਈਆਂ ਸਨ ਤੇ ਉਹਦੀ ਇੱਕ ਬਾਹ ਅਰਕ ਤੋਂ ਹੀਠਾਂ ਤੱਕ ਕੱਟੀ ਜਾ ਚੁੱਕੀ ਜੇ ਗਸ਼ਤੀਦਲ ਅਚਾਨਕ ਨਾ ਪਹੁੰਚ ਜਾਂਦਾ ਤਾਂ ਤੈਨੂੰ ਗਿਲਜਾਂ ਨੇ ਖਾ ਜਾਣਾ ਸੀ ਦਸ਼ਮਣ ਫੌਜੀ ਨੇ ਦੱਸਿਆ ਇਹ ਫੌਜੀ ਵੀ ਅਜੀਬ ਹੁੰਦੇ ਨੇ ਆਪੇ ਬੰਦੇ ਮਾਰਦੇ ਨੇ ਤੇ ਆਪੇ ਹੀ ਉਹਨਾਂ ਨੂੰ ਬਚਾਉਣ ਦਾ ਉਪਰਾਲਾ ਕਰਦੇ ਨੇ ਸਿਪਾਹੀ ਸ਼ਵੇਗ ਸਿੰਘ ਨੇ ਉਪਰੀ ਵਰਦੀ ਵਾਲੇ ਵੱਲ ਵੇਖਿਆ ਤਾਂ ਉਹਦੀਆਂ ਅੱਖਾਂ 'ਚੋਂ ਪਾਣੀ ਵਹਿ ਤੁਰਿਆ ਦਸ਼ਮਣ ਸੈਨਿਕ ਨੇ ਉਹਨੂੰ ਟੋਕ ਦਿੱਤਾ ਤੁਰੋਂ ਨਾ। ਇਹ ਅਥਰੂ ਕਿਸੇ ਹੋਰ ਵੇਲੇ ਲਈ ਸਾਂਭ ਕੇ ਰੱਖ। ਫੌਜੀ ਨੂੰ ਅਥਰੂਆਂ ਦੀ ਬਹੁਤ ਲੋੜ ਹੁੰਦੀ ਹੈ। ਸਪਾਹੀ ਸ਼ਵੇਗ ਸਿੰਘ ਇੱਕ ਜੰਗੀ ਕੈਦੀ ਸੀ। ਉਹਨੇ ਅਥਰੂਆਂ ਨੂੰ ਕੀ ਕਰਨਾ ਸੀ? ਅਕਲ ਜਿਉਣ ਲਈ ਉਹਨੂੰ ਤਾਂ ਸੁਪਨੇ ਚਾਹੀਦੇ ਸਨ। ਉਹਨੇ ਅਥਰੂਆਂ ਨੂੰ ਰੇਤ ਹੋ ਜਾਣ ਦਾ ਸਰਾਪ ਦੇ ਦਿੱਤਾ ਤੇ ਕਲਪਨਾ ਵਿੱਚ ਜਿਉਣ ਲੱਗ ਪਿਆ। ਹੌਲੀ-ਹੌਲੀ ਸਪਾਹੀ ਸ਼ਵੇਗ ਸਿੰਘ ਦੇ ਜ਼ਖਮ ਭਰ ਗਏ। ਪਰ ਦੋਹਾ ਮੁਲਕਾਂ ਦੇ ਜ਼ਖਮਾਂ ਨੂੰ ਰਾਜ਼ੀ ਹੁੰਦਿਆਂ ਕਈ ਭਰੇ ਲੱਗ ਗਏ ਸਮਝੌਤੇ ਉੱਤੇ ਦਸਕਤ ਹੋਣ ਪਿੱਛੋਂ ਜੰਗੀ ਕੈਦੀਆਂ ਨੂੰ ਆਪਸ ਵਿੱਚ ਬਦਲਿਆ ਗਿਆ ਫੌਜੀ ਕਾਰਵਾਈ ਦੇ ਅਧੀਨ ਛਾਣਬੀਣ ਹੋਈ ਕਾਗਜ਼ ਪੱਤਰ ਪੂਰੇ ਕੀਤੇ ਗਏ ਤੇ ਸਿਪਾਹੀ ਸ਼ਵੇਗ ਸਿੰਘ ਨੂੰ ਫੌਜ ਤੋਂ ਫਾਰਗ ਕਰ ਦਿੱਤਾ ਗਿਆ ਜਦੋਂ ਉਹਨੇ ਖੁੱਲੀ ਹਵਾ ਵਿੱਚ ਆ ਕੇ ਸਾਹ ਲਿਆ ਤਾਂ ਜੰਗ ਉਹਦੇ ਉੱਤੇ ਆਪਣੀ ਇਬਾਰਤ ਲਿਖ ਚੁੱਕੀ ਸੀ ਇਹ ਬਾਹਰਤ ਉਹਦਾ ਅਧੂਰਾ ਵजूद ਨਹੀਂ ਸੀ ਤੇ ਨਾ ਜਿਸਮ ਉੱਤੇ ਉਕਰੇ ਜ਼ਖਮਾਂ ਦੇ ਨਿਸ਼ਾਨ ਇਸ ਬਾਹਰਤ ਦੇ ਹਰਫ਼ ਬੀਤੇ ਸਮੇਂ ਦੇ ਖੰਡਰਾਂ ਚੋਂ ਮਿਲੇ ਕਿਸੇ ਪੱਥਰ ਉੱਤੇ ਉਕਰੇ ਹਰਫ਼ਾਂ ਵਰਗੇ ਸਨ ਜੋ ਹਾਲੇ ਤੱਕ ਪੜੇ ਨਹੀਂ ਸਨ ਚੁੱਲ੍ਹੇ ਵਿੱਚ ਛਿਟੀਆਂ ਵੱਲਦੀਆਂ ਰਹੀਆਂ ਨਿੰਦੀ ਅੱਗ ਸਾਹਮਣੇ ਬੈਠੀ ਰਾਖ ਹੁੰਦੀ ਰਹੀ ਬੀਤੇ ਵਰਿਆਂ ਵਿੱਚ ਸੱਚ ਨੇ ਆਪਣੀ ਨਿਹਾਰ ਬਦਲੀ ਸੀ ਸ਼ਿਬੇਗ ਸਿੰਘ ਦੇ ਘਰ ਵਾਪਸ ਆਉਣ ਨਾਲ ਉਹ ਸੱਚ ਤਰਹਿ ਗਿਆ ਸੀ ਸਪਾਹੀ ਸ਼ਿਬੇਗ ਸਿੰਘ ਬੇਖਬਰ ਸੀ ਗੱਲਾਂ ਦੇ ਰੋ ਵਿੱਚ ਉਹਨੇ ਅਗਲੀ ਲੜੀ ਤੋਰੀ ਮਾਂ ਇੱਕ ਵਾਰ ਤਾਂ ਤੇਰੇ ਪੁੱਤ ਦਾ ਕੀਰਤਨ ਸੋਲਾ ਪੜ ਚੱਲਿਆ ਸੀ ਸੰਤ ਕਰਨੀ ਉਹਨੂੰ ਝਿੜਕਿਆ ਜੱਜ ਦੀ ਜ਼ੁਬਾਨ ਮੂੰਹੋਂ ਕੱਢਿਆ ਕਰ ਮਾਂ ਜੰਗ ਦੀਆਂ ਗੱਲਾਂ ਜੰਗ ਤੋਂ ਪਿੱਛੋਂ ਕੁਝ ਨਹੀਂ ਆਉਂਦੀਆਂ ਹੁੰਦੀਆਂ ਉਹ ਹੱਸਿਆ ਤੇ ਗੱਲ ਅਗਾ ਤੋਰੀ ਇੱਕ ਰਾਤ ਮੈਂ ਮੋਰਚੇ 'ਚ ਬੈਠਾ ਗੋਲੀਆਂ ਦਾਗ ਰਿਹਾ ਸਾਂ ਕਿ ਦੁਸ਼ਮਣ ਦੇ ਟੈਂਕਾਂ ਨੇ ਹੱਲਾ ਬੋਲ ਦਿੱਤਾ ਟੋਏ ਟਿੱਬੇ ਝਾੜੀਆਂ ਤੇ ਮੋਰਚਿਆਂ ਨੂੰ ਮਿੱਧਦੇ ਹੋਏ ਟੈਂਕ ਅੱਗੇ ਹੀ ਅੱਗੇ ਵਧਿਆ ਰਹੇ ਸਨ ਕੱਟੇ ਦੇ ਗੁਬਾਰ ਅਸਮਾਨ ਛੋ ਰਹੇ ਸਨ ਕੱਟੇ ਮਿੱਟੀ ਵਿੱਚ ਕਦੇ ਕੋਈ ਟੈਂਕ ਦਿਸਣ ਲੱਗ ਪੈਂਦਾ ਸੀ ਕਦੇ ਕਿਸੇ ਹੋਰ ਟੈਂਕ ਦੇ ਉੱਠੇ ਬਰੋਲੇ ਵਿੱਚ ਲੁਕ ਜਾਂਦਾ ਸੀ ਟੈਂਕ ਲਗਾਤਾਰ ਗੋਲੇ ਵਰਾ ਰਹੇ ਸਨ ਸੈਨਿਕਾਂ ਦੇ ਚੀਥੜੇ ਆ order ਰਹੇ ਸਨ ਹੀ ਵੇਖਦਾ ਕਿ ਇੱਕ ਟੈਂਕ ਸਿੱਧਾ ਮੇਰੇ ਵੱਲ ਆ ਰਿਹਾ ਹੈ ਉਹ ਟੈਂਕ ਕਿਸੇ ਵੇਲੇ ਵੀ ਮੈਨੂੰ ਮਿੱਦ ਸਕਦਾ ਸੀ ਮੈਨੂੰ ਚਫੇਰੇ ਚੱਲ ਰਹੀਆਂ ਗੋਲੀਆਂ ਭੁੱਲ ਗਈਆਂ ਮੈਂ ਮੋਰਚਾ ਛੱਡ ਕੇ ਸੰਤੋੜ ਨਸਿਆ ਤੇ ਕਲਾਸ਼ ਨਾਲ ਠੋਕਰ ਖਾ ਕੇ ਮੂੰਹ ਪਰਨੇ ਡੱਗ ਪਿਆ ਸੰਤਕੌਰ ਨੇ ਵਾਹਿਗੁਰੂ ਵਾਹਿਗੁਰੂ ਕੀਤਾ ਸਪਾਹੀ ਸ਼ੇਗ ਸਿੰਘ ਇੱਕ ਪਾਲੀ ਰੁਕਿਆ ਫਿਰ ਬੋਲਿਆ ਟੈਂਕ ਤਾਂ ਜਿਵੇਂ ਪਾਗਲ ਹਾਥੀ ਸੀ ਚਿੰਗਾੜਾ ਮਾਰਦਾ ਮੇਰੇ ਉੱਤੋਂ ਦੀ ਟੱਪ ਗਿਆ ਹਾਇ ਰੱਬਾ ਨਿੰਦੀ ਦਾatronਿਕਲ ਗਿਆ ਸਮਝ ਲਵੋ ਵੀ ਰੱਬ ਨੇ ਹੱਥ ਦੇ ਕੇ ਰੱਖ ਲਿਆ ਮੈਂ ਟੈਂਕਾਂ ਦੇ ਟਰੈਕਾਂ ਦੇ ਵਿੱਚਕਾਰ ਡੋਲ ਪਿਆ ਰਹਾ ਤੇ ਮੇਰੀ ਰਾਈਫਲ ਦੀ ਬੈਰਲ ਫੇਕੀ ਟੈਂਕ ਅਗਾਹ ਲੰਘ ਗਿਆ ਤੁਸੀਂ ਮੰਨਣਾ ਨਹੀਂ ਮੇਰੇ ਝੜਟ ਤੱਕ ਵੀ ਨਹੀਂ ਸੀ ਆਈ ਲੜਾਈ ਮੁੱਕੀ ਤਾਂ ਸੁੱਖ ਦਾ ਸਾਹ ਆਇਆ ਲੜਾਈ ਇਸ ਤਰ੍ਹਾਂ ਨਹੀਂ ਮੁੱਕਦੀ ਹੁੰਦੀ ਲੜਾਈ ਤਾਂ ਉਮਰ ਪਰ ਫੌਜੀ ਦੇ ਨਾਲ ਤੁਰਦੀ ਹੈ ਸੂਬੇਦਾਰ ਜਵਾਲਾ ਸਿੰਘ ਨੇ ਗਲਾ ਸਾਫ਼ ਕਰਨ ਲਈ ਖੰਗੂਰਾ ਮਾਰਿਆ ਤੇ ਫਿਰ ਉੱਠਦਿਆਂ ਬੋਲਿਆ ਸਾਡੀ ਰਹਿ ਰਾਸ ਦਾ ਵੇਲਾ ਹੋ ਗਿਆ ਪਾਠ ਮਕਾ ਲਈਏ ਫਿਰ ਬਹਿ ਕੇ ਤਸੱਲੀ ਨਾਲ ਗੱਲਾਂ ਕਰਾਂਗੇ ਸੰਤ ਕੌਰ ਵੀ ਉੱਠ ਕੇ ਉਹਦੇ ਨਾਲ ਤੁਰ ਪਈ ਸਮਾਨ ਮੈਂ ਅੱਡੇ ਉੱਤੇ ਰੂੜੇ ਹਲਵਾਈ ਦੇ ਰੱਖਾਇਆ ਸਾਂ ਉਹਨਾਂ ਦੇ ਜਾਣ ਪਿੱਛੋਂ ਸ਼ਵੇਗ ਸਿੰਘ ਨੇ ਗੁਰਦੀਪ ਨੂੰ ਦੱਸਿਆ ਕੋਈ ਨਹੀਂ ਮੈਂ ਭੇਜਦਾ ਕਿਸੇ ਨੂੰ ਹੁਣ ਕਾਹਨੂੰ ਭੇਜਣਾ ਏ ਉਹਨੇ ਗੁਰਦੀਪ ਦੇ ਉੱਠਣ ਲੱਗੇ ਨੂੰ ਰੋਕ ਦਿੱਤਾ ਹਨੇਰਾ ਗੂੜਾ ਹੋਣ ਨੂੰ ਐ ਭੱਜ ਕੇ ਵੇਖੀ ਜਾਉ ਜਿਵੇਂ ਤੂੰ ਆਨਾ ਏ ਗੁਰਦੀਪ ਕੋਚਰ ਬੈਠਾ ਰਿਆ ਤੇ ਫਿਰ ਉੱਠ ਕੇ ਵਿੜੇ ਵਿੱਚ ਗੇੜੇ ਲਾਉਣ ਲੱਗ ਪਿਆ ਸ਼ਬੀਰ ਸਿੰਘ ਮੰਜੇ ਤੋਂ ਉੱਠ ਕੇ ਚੁੱਲ੍ਹੇ ਦੇ ਨੇਗ ਕੋਲ ਬੈਠ ਗਿਆ ਉਹ ਨਿਮਾ ਜਿਹਾ ਹੱਸਿਆ ਵੇਖ ਕਿ ਤਰ੍ਹਾਂ ਨੇੜੇ ਨੇੜੇ ਲੂਰੀਆਂ ਲੈਂਦਾ ਫਿਰਦਾ ਮੈਂ ਤਾਂ ਨਾ ਹੁਣ ਚਾਰ ਗੇੜੇ ਦੇ ਕੇ ਇਹਦਾ ਵੀ ਕੰਮ ਮੁਕਾਈਏ ਨਿੰਦੀ ਨੇ ਚੋ ਰੱਖੀ ਸ਼ਬੀਗ ਸਿੰਘ ਵੱਲ ਵੇਖਿਆ ਸ਼ਬੀਗ ਸਿੰਘ ਦਾ ਚਿਹਰਾ ਅੰਤਾਂ ਦੇ 우ਮਾ ਵਿੱਚ ਚਮਕ ਰਿਹਾ ਸੀ ਨਿੰਦੀ ਨੇ ਮੁੜ ਉਂਦੀ ਪਾ ਲਈ ਤੇ ਤਿੱਲੇ ਨਾਲ ਜ਼ਮੀਨ ਉੱਤੇ ਲੀਕਾਂ ਵਾਉਣ ਲੱਗ ਪਈ ਸ਼ਬੀਗ ਸਿੰਘ ਹੱਸਿਆ ਕੀ ਅੱਜ ਸਿਰਫ ਲੀਕਾਂ ਹੀ ਵਾਣੀਆਂ ਨੇ ਉਹ ਚੁੱਪ ਰਹੀ ਬਾਰਲੇ ਬੂਹੇ ਦਾ ਹੋੜਾ ਲੱਗਾ ਹੋਇਆ ਸੀ ਬੰਦ ਬੂਹੇ ਦੇ ਕੁੰਡੇ ਵਿੱਚ ਖੁੱਲਾ ਹੋਇਆ ਜੰਦਰਾ ਲਟਕ ਰਿਹਾ ਸੀ ਗੁਰਦੀਪ ਬੇਚੈਨੀ ਜਹੀ ਵਿੱਚ ਬੂਹੇ ਤੱਕ ਗਿਆ ਤੇ ਜੰਦਰੇ ਨੂੰ ਬੰਦ ਕਰਕੇ ਚਾਬੀ ਘੁਮਾ ਦਿੱਤੀ ਉਹ ਵਾਪਸ ਮੁੜਿਆ ਤਾਂ ਚੌਂਕੇ ਦੀ ਬਨੇਰੀ ਕੋਲ ਖਲੋ ਗਿਆ ਅਗਾਹ ਨੂੰ ਝੁਕਦਿਆਂ ਕੁਝ ਉਖੜਿਆ ਹੋਇਆ ਬੋਲਿਆ ਪਾਉ ਜੇ ਆਪਾਂ ਇੱਥੇ ਹੀ ਬੈਠੇ ਰਹੇ ਤਾਂ ਨਿੰਦੀ ਕੋਲੋਂ ਕੋਈ ਕੰਮ ਨਹੀਂ ਹੋਣਾ ਆਪਾਂ ਵੀ ਖਿਸਕੀਏ ਇੱਥੋਂ ਸਪਾਹੀ ਸ਼ਿਖ ਬੀਗ ਸਿੰਘ ਤਰਬਕਿਆ ਉਹਦੇ ਕੰਨਾਂ ਵਿੱਚੋਂ ਸੇਕ ਨਿਕਲਣ ਲੱਗ ਪਿਆ ਕੀ ਗੁਰਦੀਪ ਹੁਣ ਭਾਬੀ ਨੂੰ ਨਿੰਦੀ ਕਰਨ ਲੱਗ ਪਿਆ ਸੀ ਉਹਦੀ ਸੋਚ ਨੇ ਹੋਣੀ ਕਿ ਅਸ ਕਈ ਪਿਛਲੇ ਪੰਜਾਂ ਵਰਿਆਂ ਦੇ ਕਈ ਵਾਰ ਕੇ ਫਰੋਲ ਲਏ ਹਵਾ ਦੇ ਇੱਕੋ ਬੁੱਲੇ ਨਾਲ ਉਹਦੇ ਅੰਦਰੋਂ ਬਲਦੇ ਹੋਏ ਦੀਵੇ ਦੀ ਲੋ ਬੁਝ ਗਈ ਉਸੇ ਛਿਣ ਇੱਕ ਮੱਝ ਖੁੱਲ ਗਈ ਗੁਰਦੀਪ ਨੇ ਨੱਸ ਕੇ ਮੱਝ ਨੂੰ ਫੜਿਆ ਤੇ ਮੁੜ ਕੇ ਲੈ ਤੇ ਬੰਨ ਦਿੱਤਾ ਉਨੇ ਤੂੜੀ ਵਾਲੇ ਕਮਰੇ ਚੋਂ ਝੁੱਲ ਕੱਢੇ ਤੇ ਡੰਗਰਾ ਉੱਤੇ ਪਾਉਣ ਲੱਗ ਪਿਆ ਗੁਰਦੀਪ ਦੀ ਇੱਕੋ ਗੱਲ ਨੇ ਕਈ ਗੁੰਝਲਾਂ ਪਾ ਦਿੱਤੀਆਂ ਸਨ ਇਹਨਾਂ ਗੁੰਝਲਾਂ ਨੂੰ ਜਾਣੇ ਤੋਂ ਬਿਨਾ ਸਿਪਾਹੀ ਸ਼ਵੇਗ ਸਿੰਘ ਦੀ ਆਖੀ ਹੋਈ ਗੱਲ ਕਲੇ ਪਾ ਸਕਦੀ ਸੀ ਉਠਿਆ ਤੇ ਗੁੰਮਸਮ ਜਿਹਾ ਚੁਬਾਰੇ ਦੀਆਂ ਪੌੜੀਆਂ ਚੜ ਗਿਆ ਨਿੰਦੀ ਅੱਜ ਸ਼ਾਮ ਦੀ ਹੀ ਹੱਥ ਖਸਾ ਰਹੀ ਸੀ ਉਹ ਨਹੀਂ ਸੀ ਚਾਹੁੰਦੀ ਕਿ ਚੁੱਲ੍ਹੇ ਚੌਂਕੇ ਦਾ ਕੰਮ ਮੁੱਕੇ ਉਹ ਸ਼ਿਵੇਗ ਸਿੰਘ ਦੇ ਸਾਵੇਂ ਵਿੱਚ ਜੀਵੀ ਸੀ ਉਹਦੀ ਕਲਪਨਾ ਵਿੱਚ ਰਾਤਾਂ ਜਾਗੀਆਂ ਸਨ ਉਹਦੀ ਸਲਾਮਤੀ ਲਈ ਸੁਖਣਾ ਸੁੱਖੀਆਂ ਸਨ ਤੇ ਫੇਰ ਉਹ ਮਰ ਗਿਆ ਸੀ ਸਿਪਾਹੀ ਸ਼ਿਵੇਗ ਸਿੰਘ ਦੀ ਮੌਤ ਦੀ ਖਬਰ ਆਉਣ ਉੱਤੇ ਉਹ ਕਈ ਮੌਤਾਂ ਮਰੀ ਸੀ ਤੇ ਇਸ ਪਲ ਸ਼ਿਵੇਗ ਸਿੰਘ ਦਾ ਜਿਉਣਾ ਨਿੰਦੀ ਨੂੰ ਮਾਰ ਰਿਹਾ ਸੀ ਸਿਪਾਹੀ ਸ਼ਿਵੇਗ ਸਿੰਘ ਦੀ ਮਰ ਜਾਣ ਦੀ ਖਬਰ ਪੁਰਾਣੀ ਹੋਣ ਪਿੱਛੋਂ ਆਈ ਚਾਰੇ ਦੇ ਕੱਠ ਵਿੱਚ ਨਿੰਦੀ ਦੀ ਗੁਰਦੀਪ ਨਾਲ ਚਾਦਰ ਪਾ ਦਿੱਤੀ ਗਈ। ਮर्यादा ਕੀ ਸੀ? ਧਰਮ ਸ਼ਾਸਤਰ ਕੀ ਕਹਿੰਦੇ ਸਨ? ਨਿੰਦੀ ਨੂੰ ਕੁਝ ਪਤਾ ਨਹੀਂ ਸੀ। ਇਸ ਔਖੀ ਘੜੀ ਦਾ ਸੱਚ ਉਹਦੀਆਂ ਨਾੜਾਂ ਦਾ ਜ਼ਹਿਰ ਹੋ ਗਿਆ ਸੀ। ਓਏ ਰੱਬਾ ਮੈਂ ਕੀ ਕਰਾਂ? ਨਿੰਦੀ ਦੀ ਪੁੱਭ ਨਿਕਲ ਗਈ। ਉਹਨੇ ਚੁੰਨੀ ਦਾ ਪੱਲਾ ਮੂੰਹ ਵਿੱਚ ਲੈ ਕੇ ਚੁੱਥ ਲਿਆ। ਕਮਰੇ ਦੀ ਬੱਤੀ ਜਗ ਰਹੀ ਸੀ। ਤੇ ਬੂਹਾ ਟੁੱਕਿਆ ਹੋਇਆ ਸੀ ਇਹ ਕਮਰਾ ਉਸ ਦਾ ਨਹੀਂ ਸੀ ਪਰ ਟੁੱਕਾ ਬੂਹਾ ਖੋਲ ਕੇ ਉਹ ਅੰਦਰ ਲੰਘ ਗਿਆ ਸਾਹਮਣੀ ਕੰਧ ਉੱਤੇ ਉਹਦੀ ਤਸਵੀਰ ਲਟਕ ਰਹੀ ਸੀ ਤਸਵੀਰ ਵਿੱਚ ਉਹ ਫੌਜੀ ਤਰੀਕੇ ਨਾਲ ਤਣਿਆ ਬੈਠਾ ਸੀ ਉਹਦੇ ਮਿੱਟੇ ਹੋਏ ਬੁੱਲਾਂ ਉੱਤੇ ਨਿੰਮੀ ਜਹੀ ਮੁਸਕਰਾਹਟ ਸੀ ਇਹੀ ਮੁਸਕਰਾਹਟ ਉਹਦੀਆਂ ਅੱਖਾਂ ਵਿੱਚ ਵੀ ਦਿਸ ਰਹੀ ਸੀ ਉਦੋਂ ਉਹਨਾਂ ਦਾ ਨਵਾਂ-ਨਵਾਂ ਵਿਆਹ ਹੋਇਆ ਸੀ ਦੋਵੇਂ ਤਰਨਤਾਰਨ ਦੇ ਗੁਰਦੁਆਰੇ ਮੱਥਾ ਟੇਕਣ ਗਏ ਸਨ ਉੱਥੇ ਉਹਨੇ ਤੇ ਨਿੰਦੀ ਨੇ ਇਕੱਠਿਆਂ ਤਸਵੀਰ ਖਚਾਈ ਸੀ ਇਹ ਉਸੇ ਤਸਵੀਰ ਦਾ ਪੀਤ ਚੁੱਕਿਆ ਅੰਦ ਸੀ ਜਿਸ ਨੂੰ ਵੱਡਾ ਕਰਵਾ ਕੇ ਟੰਗ ਦਿੱਤਾ ਗਿਆ ਸੀ ਤਸਵੀਰ ਉੱਤੇ ਕਾਲੇ ਧਾਗੇ ਵਿੱਚ ਪੁਰੋਚਾ ਉਹਦਾ ਪਛਾਣ ਪੱત્ર ਲਟਕ ਰਿਹਾ ਸੀ ਤਸਵੀਰ ਦੇ ਹੇਠਾਂ ਫਰਸ਼ ਉੱਤੇ ਹੀ ਉਹਦਾ ਕਿੱਟ ਬੈਗ ਕੇਡਾ ਪਿਆ ਸੀ ਇਸ ਕਮਰੇ ਨੂੰ ਤਾਂ ਉਹ ਬਸ ਐਵੇਂ ਮਿਲਣ ਆਇਆ ਸੀ ਫੇਰ ਗੁਰਦੀਪ ਕਿੱਟ ਬੈਗ ਇੱਥੇ ਕਿਉਂ ਰੱਖ ਗਿਆ ਸੀ ਉਹਨੇ ਕਿੱਟ ਬੈਗ ਉੱਥੋਂ ਚੁੱਕਿਆ ਤੇ ਕਮਰੇ ਤੋਂ ਬਾਹਰ ਆ ਗਿਆ ਉਹਨੇ ਵਿੜੇ ਵੱਲ ਛਾਤੀ ਮਾਰੀ ਹੀਠਾਂ ਚੌਂਕੇ ਵਿੱਚ ਗੁਰਦੀਪ ਨਿੰਦੀ ਵੱਲ ਝੁਕਿਆ ਕੋਈ ਗੱਲ ਕਰ ਰਿਹਾ ਸੀ ਸਪਾਹੀ ਸ਼ਵੇਗ ਸਿੰਘ ਨੂੰ ਲੱਗਾ ਵਗਦੇ ਹੋਏ ਠੱਕੇ ਨੇ ਝੱਖੜ ਵਰਗਾ ਲਿਬਾਸ ਪਾ ਲਿਆ ਸੀ ਉਸੇ ਵੇਲੇ ਪੂਰਾ ਘਰ ਹਨੇਰੇ ਦੇ ਘੇਰੇ ਵਿੱਚ ਸੀ ਦੂਰ ਜਗਦਿਆਂ ਪਠੜ ਪਿੰਡ ਦੀਆਂ ਇਕੀਆਂ ਦੁਕੀਆਂ ਬੱਤੀਆਂ ਉਸ ਹਨੇਰੇ ਵਿੱਚ ਮੋਰੀਆਂ ਕਰਨ ਦਾ ਯਤਨ ਕਰ ਰਹੀਆਂ ਸਨ ਉਹਦੇ ਦੰਦੋੜ ਕਾ ਵੱਜਣ ਲੱਗ ਪਿਆ ਉਨੇ ਆਪਣੇ ਕਮਰੇ ਦਾ ਦਰਵਾਜ਼ਾ ਖੋਲ ਕੇ ਬੱਤੀ ਜਗਾਈ ਤੇ ਕਿੱਟ ਬੈਗ ਰੱਖ ਦਿੱਤਾ ਬਿਜਲੀ ਦੇ ਚਾਨਣ ਵਿੱਚ ਉਹਨੇ ਆਪਣੇ ਸੰਸਿਆਂ ਦੇ ਅਰਥ ਖਿਲਰੇ ਹੋਏ ਵੇਖੇ ਵਾਧੇ ਉੱਤੇ ਨਿੰਦੀ ਤੇ ਗੁਰਦੀਪ ਦੀ ਤਸਵੀਰ ਸਟੀਲ ਦੇ ਫਰੇਮ ਵਿੱਚ ਜੜੀ ਹੋਈ ਪਈ ਸੀ ਇਸੇ ਫਰੇਮ ਵਿੱਚ ਪਹਿਲਾਂ ਉਹਦੀ ਤੇ ਨਿੰਦੀ ਦੀ ਤਸਵੀਰ ਹੁੰਦੀ ਸੀ ਨਿੰਦੀ ਤੇ ਗੁਰਦੀਪ ਦੀ ਤਸਵੀਰ ਦੇ ਪਿਛੋਕੜ ਵਿੱਚ ਇੱਕ ਸ਼ੀਸ਼ ਮਹਿਲ ਸੀ ਫੁੱਲਾਂ ਵਿੱਚ ਘਿਰੇ ਸ਼ੀਸ਼ ਮਹਿਲ ਦੇ ਸਾਹਮਣੇ ਇੱਕ ਫੁਆਰਾ ਚੱਲ ਰਿਹਾ ਸੀ ਤਸਵੀਰ ਵਿੱਚ ਉਹ ਦੋਵੇਂ ਹੱਸ ਰਹੇ ਸਨ ਉਹਨਾਂ ਦੇ ਹੱਸਣ ਨਾਲ ਪਰਦੇ ਉੱਤੇ ਪੇਂਟ ਕੀਤਾ ਹੋਇਆ ਸ਼ੀਸ਼ ਮਹਿਲ ਫੁਹਾਰਾ ਤੇ ਰੰਗ-ਬਰੰਗੇ ਫੁੱਲ ਅਸਲੀ ਹੋ ਗਏ ਸਨ ਬਾਦ ਦੇ ਨਾਲ ਇੱਕ ਕਿੱਲੀ ਉੱਤੇ ਨਿੰਦੀ ਤੇ ਗੁਰਦੀਪ ਦੇ ਕੱਪੜੇ ਟੰਗੇ ਹੋਏ ਸਨ ਦੋਹਾਂ ਦੇ ਕੁਝ ਕੱਪੜੇ ਬਿਸਤਰੇ ਉੱਤੇ ਵੀ ਪਈ ਸਨ ਧੋ ਕੇ ਸਕੌਣ ਤੋਂ ਪਿੱਛੋਂ ਨਿੰਦੀ ਨੂੰ ਉਹ ਕੱਪੜੇ ਸਾਂਭਣ ਦਾ ਅਫਸਰ ਹੀ ਨਹੀਂ ਸੀ ਮਿਲਿਆ ਉਹਨੂੰ ਪਛਤਾਵਾ ਹੋਇਆ ਕਿ ਉਸ ਕਮਰੇ ਵਿੱਚ ਕਿਉਂ ਆਇਆ ਸੀ ਉਸ ਘਰ ਦਾ ਕੋਈ ਨਹੀਂ ਸੀ ਉਹ ਤਾਂ ਜੰਗਲ ਵਿੱਚ ਗਵਾਚਾ ਹੋਇਆ ਕੋਈ ਅਜਨਬੀ ਸੀ ਜੋ ਰਾਤ ਭਰ ਦੀ ਠਾਰ ਲਈ ਉੱਥੇ ਰੁਕਿਆ ਸੀ ਸ਼ਬੀਗ ਸਿੰਘ ਨੇ ਆਪਣੀ ਬੀਆਵਾਂ ਤਲੀਵਲ ਵੇਖਿਆ ਉਹਦੇ ਕੋਲ ਤਾਂ ਕੁਝ ਵੀ ਪੱਕੀ ਨਹੀਂ ਸੀ ਜਿਹੜੇ ਸੁਪਨਿਆਂ ਨੂੰ ਦੋਹਾਂ ਮੁਲਕਾਂ ਦੀ ਭਿਆਨਕ ਜੰਗ ਨਹੀਂ ਸੀ ਮਾਰ ਸਕੀ ਜਿਹੜੇ ਸੁਪਨੇ ਕੱਟੇ ਵਿਖਰੇ ਤੇ ਲਹੂ ਲੋਹਾਨ ਅੰਗਾਂ ਦੀ ਭੀੜ ਵਿੱਚ ਵੀ ਜਿਉਂਦੇ ਰਹੇ ਸਨ ਉਹਨਾਂ ਸੁਪਨਿਆਂ ਨੂੰ ਘਰ ਦੇ ਵੇੜੇ ਨੇ ਮਾਰ ਦਿੱਤਾ ਸੀ ਉਹ ਨਟਾਲ ਹੋਇਆ ਬੈਠ ਗਿਆ ਉਹਨੂੰ ਰੰਗਰੂਟੀ ਵੇਲੇ ਦੀ ਸਕੀਨ ਚਿੱਤੇ ਆਈ ਉਹਦੇ ਅੱਗੇ ਪਿੱਛੇ ਗੋਲੀਆਂ ਚੱਲ ਰਹੀਆਂ ਸਨ ਸਿਰ ਉੱਤੋਂ ਗੋਲੀਆਂ ਟੱਪ ਰਹੀਆਂ ਸਨ ਉਹ ਲਗਾਤਾਰ ਦੌੜਦਾ ਰਿਹਾ ਸੀ ਉਨੇ ਟੋਏ ਟੱਪੇ ਚਿੱਕੜ ਦੇ ਚਾਲਿਆਂ ਨੂੰ ਪਾਰ ਕੀਤਾ ਕੰਡਿਆਲੀਆਂ ਤਾਰਾਂ ਦੇ ਅੜਿੱਕਿਆਂ ਨੂੰ ਲੰਘਿਆ ਡੂੰਘੇ ਪਾਣੀਆਂ ਨੂੰ ਤਰਿਆ ਤੇ ਸਾਹੋ ਸਾਹ ਹੋਏ ਨੇ ਹਾ ਘਰਕਾਰ ਆਪਣਾ ਮੋਰਚਾ ਜਾ ਮਿਲਿਆ ਰਾਈਫਲ ਨੂੰ ਸੰਭਾਲਦਾ ਹੋਇਆ ਉਹ ਟੀਮ ਦੇ ਸਪਾਹਿਆਂ ਉੱਤੇ ਗੋਲੀਆਂ ਦਾਗਣ ਲੱਗ ਪਿਆ ਗੋਲੀਆਂ ਉਦੋਂ ਵੀ ਅਸਲੀ ਹੀ ਚੱਲ ਰਹੀਆਂ ਸਨ ਚਾਂਦਮਾਰੀ ਦੇ ਕੰਨਪਾਣਵੇਂ ਰੌਲੇ ਨੇ ਜੰਗ ਦਾ ਮਾਹੌਲ ਸਿਰਜਿਆ ਸੀ ਇਸ ਸਕੀਮ ਦਾ ਮੰਤਵ ਬਸ ਇਨਾ ਹੀ ਸੀ ਕਿ ਰੰਗਰੂਟਾਂ ਦੇ ਮਨ ਚੋਂ جنگ ਦਾ ਡਰ ਨਿਕਲ ਜਾਵੇ। ਛੁੱਟੀ ਆਏ ਸ਼ਬੀਗ ਸਿੰਘ ਨੇ ਉਤਸ਼ਾਹ ਨਾਲ ਦੱਸਿਆ ਸੀ, "ਬਾਪੂ ਜੀ, ਮੈਨੂੰ ਪਤਾ ਲੱਗ ਗਿਆ ਕਿ ਜੰਗ ਕੀ ਹੁੰਦੀ ਹੈ।" ਸੂਬੇਦਾਰ ਜਵਾਲਾ ਸਿੰਘ ਉਦੋਂ ਨਿਮਾ ਜਿਹਾ ਹੱਸਿਆ ਸੀ। "ਪੁੱਤਰ, ਗੋਲੀਆਂ ਦਾ ਰੌਲਾ ਤੇ ਹਥਿਆਰਾਂ ਦਾ ਸ਼ੋਰ ਹੀ ਜੰਗ ਨਹੀਂ ਹੁੰਦਾ।" ਸਿਪਾਹੀ ਸ਼ਬੀਗ ਸਿੰਘ ਨੂੰ ਬੁੱਢੇ ਪਿਓ ਦੀਆਂ ਗਾਹੇ ਬਗਾਹੇ ਕੀਤੀਆਂ ਗੱਲਾਂ ਦੀ ਕਦੀ ਪੂਰੀ ਸਮਝ ਨਹੀਂ ਸੀ ਪਈ ਅੱਜ ਉਹਨਾਂ ਗੱਲਾਂ ਦੇ ਸਾਰੇ ਅਰਥ ਮੇਖਾਂ ਬਣ ਕੇ ਉਹਦੇ ਮੱਥੇ ਵਿੱਚ ਖੁੱਭ ਗਏ ਸਨ ਖੜਾਕ ਸੁਣ ਕੇ ਸ਼ਵੇਗ ਸਿੰਘ ਨੇ ਸਿਰ ਉੱਪਰ ਚੁੱਕਿਆ ਉਹਦੇ ਚਿਹਰੇ ਦਾ ਦਰਦ ਉਹਦੀ ਚੁੱਪ ਵਿੱਚ ਵੀ ਸੀ ਉਸ ਦਰਦ ਦੀ ਤਾਬ ਗੁਰਦੀਪ ਕੋਲੋਂ ਝੱਲੀ ਨਾ ਗਈ ਉਹ ਗਾਂ ਹੋ ਕੇ ਭਰਾ ਦੇ ਪੈਰਾਂ 'ਵੱਲ ਝੁੱਕ ਗਿਆ ਡਡੋਲਕਾ ਹੋਇਆ ਬੋਲਿਆ ਭਾਊ ਸੱਚ ਮੰਨੀ ਤੇਰਾ ਮੁਜਰਮ ਸਾਡੇ ਦੋਹਾਂ ਵਿੱਚੋਂ ਕੋਈ ਨਹੀਂਓ ਅਸੀਂ ਦੋਵੇਂ ਵੀ ਕਿਹੜੇ ਸੰਤਾਪ ਵਿੱਚੋਂ ਨਹੀਂ ਲੰਗੇ ਨਾ ਮਾਂ ਵਰਗੀ ਭਾਬੀ ਨੂੰ ਤੀਵੀਂ ਕਹਿਣਾ ਸੌਖਾ ਹੁੰਦਾ ਏ ਤੇ ਨਾ ਪੁੱਤਾਂ ਵਰਗੇ ਦਿਓਰ ਨੂੰ ਘਰ ਵਾਲਾ ਮੰਨਾ ਗੁਰਦੀਪ ਦੇ ਇੰਨਾ ਕਹਿਣ ਨਾਲ ਉਹਨਾਂ ਪਲਾਂ ਦੀ ਤਰਤੀਬ ਨਹੀਂ ਸੀ ਬਦਲੀ ਜੋ ਪਲ ਸ਼ਿਬੇਗ ਸਿੰਘ ਦੀ ਤਲੀ ਉੱਤੇ ਧਰ ਦਿੱਤੇ ਗਏ ਸਨ ਕਮਰੇ ਦੇ ਬਾਹਰ ਠੱਕਾ ਵਗ ਰਿਹਾ ਸੀ ਠੱਕੇ ਨੇ ਰਾਤ ਦੇ ਕੁੱਪ ਨਾਲ ਮਿਲ ਕੇ ਟਿੰਟਮਾਉਂਦੇ ਤਾਰਿਆਂ ਨੂੰ ਖਾ ਲਿਆ ਸੀ। ਕਮਰੇ ਦੇ ਅੰਦਰ ਉਦਾਸੀ ਦਾ ਖਲਾਅ ਸੀ। ਸਿਪਾਹੀ ਸ਼ਵੇਗ ਸਿੰਘ ਕੁਝ ਚਿਰ ਉਸ ਖਲਾਅ ਨੂੰ ਘੂਰਦਾ ਰਿਹਾ ਜਿਹੜੇ ਅਥਰੂਆਂ ਦੀ ਰਾਸ ਉਹਨੇ ਹੁਣ ਤੱਕ ਸੰਭੀ ਹੋਈ ਸੀ। ਉਹੀ ਲਾਵਾਰਸ ਜਿਹੇ ਅਥਰੂ ਅੱਖਾਂ ਵਿੱਚ ਫੈਲ ਗਏ। ਉਹਨੇ ਮੂੰਹ ਪਰਾਂ ਫੇਰ ਕੇ ਅੱਖਾਂ ਪੂੰਝ ਲਈਆਂ। ਸੌਂਮ ਮਸਾਣ ਵਿੱਚ ਮੋਏ ਹੋਏ ਸੁਪਨਿਆਂ ਦੇ ਮਰਸੀਏ ਵਰਗੇ ਬੋਲ ਉਭਰੇ। ਮੈਨੂੰ ਕੀ ਪਤਾ ਸੀ ਕਿ ਮੇਰੇ ਨਾਲ ਇਤਰਾ ਹੋਊ ਮੈਂ ਨਾ ਵੀ ਆਉਂਦਾ ਤਾਂ ਕੀ ਸੀ ਹਵਾ ਦੇ ਬੁੱਲੇ ਨਾਲ ਕਮਰੇ ਦਾ ਬੂਹਾ ਛਪਟ ਖੁੱਲ ਗਿਆ ਕਾਲੇ ਅੰਬਰ ਉੱਤੇ ਗਵਾਚੇ ਹੋਏ ਤਾਰਿਆਂ ਦੀ ਟਿਮਟਮਾ ਹਟਦਾ ਝੌਲਾ ਪਿਆ ਉਹ ਉੱਠ ਕੇ ਖਲੋ ਗਿਆ ਉਹਦੇ ਠਰੇ ਹੋਏ ਬੋਲਾਂ ਨੇ ਸਿਰ ਪੁੱਟਿਆ ਹੁਣ ਵੀ ਕੀ ਹੈ ਗੁਰਦੀਪ ਸਿੰਘ ਨੂੰ ਸਪਾਹੀ ਸ਼ਵੇਗ ਸਿੰਘ ਦੇ ਬੋਲਾਂ ਚੋਂ ਪਤਾ ਨਹੀਂ ਕਿਹੋ ਜਿਹੀ ਹੋਣੀ ਦੀ ਬੋ ਆਈ ਸੀ ਉਹ ਘਬਰਾਇਆ ਹੋਇਆ ਮਾਂ ਪਿਓ ਦੇ ਕਮਰੇ ਵੱਲ ਨਸਿਆ ਸਪਾਹੀ ਸ਼ਵੇਗ ਸਿੰਘ ਨੇ ਕਿੱਟ ਬੈਗ ਚੁੱਕਿਆ ਤੇ ਹੌਲੀ-ਹੌਲੀ ਪੌੜੀਆਂ ਉਤਰ ਗਿਆ ਨਿੰਦੀ ਹਾਲੇ ਵੀ ਚੁੱਲ੍ਹੇ ਅੱਗੇ ਉੰਦੀ ਪਾਈ ਬੈਠੀ ਸੀ ਉਸ ਵੇਲੇ ਉਹ ਸਪਾਹੀ ਸ਼ਵੇਗ ਸਿੰਘ ਦੀ ਨਿੰਦੀ ਨਹੀਂ ਸੀ ਕਿਸੇ ਵੀ ਲਾਪਤਾ ਫੌਜੀ ਦੀ ਤੀਨੀ ਸੀ ਜੋ ਸਦਿਆਂ ਤੋਂ ਚੁੱਲ੍ਹੇ ਦੀ ਬੁਝ ਰਹੀ ਅੱਗ ਸਾਹਵੇਂ ਬੈਠੀ ਟਕ ਰਹੀ ਸੀ ਉਹ ਸ਼ਵੇਗ ਸਿੰਘ ਨੂੰ ਵੇਖ ਕੇ ਘਬराई ਹੋਈ ਉੱਠ ਕੇ ਖਲੋ ਗਈ ਸ਼ਵੇਗ ਸਿੰਘ ਨੇ ਆਖਰੀ ਵਾਰ ਨਜ਼ਰ ਪਰ ਕੇ ਨਿੰਦੀਵਲ ਤੱਕਿਆ ਚੰਗਾ ਚੰਗਾ ਫੇਰ ਮੈਂ ਚੱਲਦਾ ਉਹ ਕੱਲਾ ਸੀ ਆਖਰ ਕਿਹੜੇ ਕਿਹੜੇ ਮਹਾਜ਼ ਉੱਤੇ ਲੜਦਾ ਉਹ ਆਪਣੀ ਜੰਗ ਹਾਰ ਚੁੱਕਿਆ ਸੀ ਉਹਨੇ ਦੂਸਰਾ ਪਛਾਣ ਪੱਤਰਾ ਚੌਂਕੇ ਦੀ ਬਨੇਰੀ ਉੱਤੇ ਰੱਖ ਦਿੱਤਾ ਜੰਗ ਦੇ ਮੈਦਾਨ 'ਚੋਂ ਲੱਭਾ ਪਛਾਣ ਪੱਤਰਾ ਸੈਨਿਕ ਦੇ ਮਰਨ ਦੀ ਗਵਾਹੀ ਸੀ ਹੁਣ ਲੋਹੇ ਦੇ ਦੂਸਰੇ ਟੁਕੜੇ ਨੇ ਸਪਾਹੀ ਸੁਭੇਗ ਸਿੰਘ ਦੇ ਸਫ਼ਰ ਨੂੰ ਪੂਰਾ ਕਰ ਦਿੱਤਾ ਸੀ ਪਛਾਣ ਪੱਤਰੇ ਦੋ ਹੀ ਸਨ ਕਿਧਰੇ ਵੀ ਕੋਈ ਤੀਸਰਾ ਪਛਾਣ ਪੱਤਰਾ ਨਹੀਂ ਸੀ ਜਿਹੜਾ ਕਿਸੇ ਸੈਨਿਕ ਦੇ ਮੋਏ ਸੁਪਨਿਆਂ ਦੀ ਸ਼ਨਾਖਤ ਕਰਦਾ ਉਹ ਦੋ ਪੈਰ ਤੁਰਿਆ ਤੇ ਫਿਰ ਡਡੋਲਕਾ ਹੋਇਆ ਖਲੋ ਗਿਆ ਬਾਹਰਲੇ ਬੂਹੇ ਨੂੰ ਚੰਦਰਾ ਲੱਗਾ ਹੋਇਆ ਸੀ ਉਹਨੇ ਪਿੱਛੇ ਭੌਂ ਕੇ ਦੇਖਿਆ ਨਿੰਦੀ ਤੋਂ ਇਲਾਵਾ ਕੁਝ ਹੋਰ ਜਣੇ ਵੀ ਵਿੜੇ ਵਿੱਚ ਆ ਕੇ ਖਲੋ ਗਏ ਸਨ ਉਹਨੂੰ ਕਿਸੇ ਵੀ ਚਿਹਰੇ ਦੀ ਪਛਾਣ ਨਾ ਆਈ ਉਸ ਵੇਲੇ ਉਹਦੇ ਲਈ ਕਿਸੇ ਨੂੰ ਪਛਾਣ ਸਕਣਾ ਸੰਭਵ ਵੀ ਨਹੀਂ ਸੀ ਉਹ ਜੋ ਵੀ ਸਨ ਕਈ ਜੋਜਨ ਦੂਰ ਖੜੇ ਸਨ ਸਪਾਹੀ ਸ਼ਵੇਗ ਸਿੰਘ ਦੇ ਹੋਂ ਤੇ ਨਾ ਹੋਣ ਵਿਚਲਾ ਅੰਤਰ ਉਸ ਵੇਲੇ ਬਾਕੀ ਨਹੀਂ ਸੀ ਰਿਹਾ ਉਹਨੇ ਹਨੇਰੇ ਵੱਲ ਹੱਥ ਪਸਾਰਿਆ ਤੇ ਜ਼ੋਰ ਦੀ popupBackground ਮਾਰੀ ਹੰਬਿਆ ਹੋਇਆ ਉਹ ਬੰਦ ਬੂਹੇ ਨੇੜੇ ਪੁੰਝੇ ਵਹਿ ਗਿਆ